ਤੇ ਪਟਿਆਲਾ ਵਿੱਚ ਬੇਰੁਜ਼ਗਾਰ ਅਧਿਆਪਕਾਂ ਦਾ ਧਰਨਾ ਰਾਤ ਭਰ ਵੀ ਜਾਰੀ ਰਿਹਾ, ਜਿਸ ਤੋਂ ਬਾਅਦ ਹਾਲੇ ਵੀ ਮੁਜ਼ਾਰਾਕਾਰੀ ਪਟਿਆਲਾ ਨਾਭਾ ਰੋਡ ਤੇ PWD ਗਰਾਊਂਡ ਤੇ ਬੈਠੇ ਹੋਏ ਨੇ ਤੇ ਗਰਾਊਂਡ ਵਿੱਚ ਬੈਠ ਕੇ ਹੀ ਪ੍ਰਦਰਸ਼ਨ ਕੀਤਾ ਜਾ ਰਿਹਾ। ਅਧਿਆਪਕ ਸਰਕਾਰ ਤੋਂ ਨੌਕਰੀਆਂ ਦੀ ਮੰਗ ਕਰ ਰਹੇ ਨੇ। ਦਰਅਸਲ ਬੀਤੇ ਦਿਨੀ ਇਹਨਾਂ ਬੇਰੁਜ਼ਗਾਰ ਅਧਿਆਪਕਾਂ ਤੇ ਡਾਂਗਾਂ ਨਾਲ ਉੱਟਿਆ ਗਿਆ ਇਹਨਾਂ ਨੂੰ, ਕਿਉਂਕਿ ਇਹਨਾਂ ਦੀ ਮੰਗ ਸੀ ਕਿ ਇਹਨਾਂ ਨੂੰ ਨੌਕਰੀ ਦਿੱਤੀ ਜਾਵੇ। ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਤਿਆਰੀ ਸੀ ਅਤੇ ਉਸ ਦੌਰਾਨ ਝੜਪ ਵੀ ਹੋਈ ਸੀ, ਕਾਫੀ ਸਮੇਂ ਤੱਕ ਹੰਗਾਮਾ ਹੋਇਆ। ਸੋ ਸਿਆਸਤ ਵੀ ਇਸ ਮੁੱਦੇ 'ਤੇ ਭਗਦੀ ਹੈ, ਕਿਉਂਕਿ ਸਰਕਾਰਾਂ ਕਾਂਗਰਸ ਦੀ ਸਰਕਾਰ ਵੇਲੇ ਵੀ ਨਹੀਂ ਹੋਇਆ। ਹਾਲਾਂਕਿ ਪਿਛਲੀਆਂ ਸਰਕਾਰਾਂ ਦਾ ਜ਼ਿਕਰ ਕਰੀਏ ਤਾਂ ਹਰ ਇੱਕ ਸਰਕਾਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਹੁੰਦਾ ਕਿ ਬੇਰੁਜ਼ਗਾਰ ਰੁਜ਼ਗਾਰ ਮੰਗਦੇ ਨੇ, ਪਰ ਰੁਜ਼ਗਾਰ ਦੀ ਥਾਂ ਉਹਨਾਂ ਨੂੰ ਡੰਡੇ ਦਿੱਤੇ ਜਾਂਦੇ। का रहा जो टीचर जो बच्चों का भविष्य बनाते हैं, जो देश की उन्नति के लिए, तो वही जो कल किस तरह से एक बर्बरता की जो तस्वीर सामने आई, महिला टीचरों को महिला दिवस वाले दिन मारा पीटा गया। और यहां पर इस वक्त जो धरना जारी है, यहां पर महिला टीचर उनसे ही बात करते हैं, क्या कहेंगे कल का दिन किस तरह का रहा था, महिला दिवस था, और आज आपकी क्या रणनीति रहेगी? महिला दिवस जो कल मनाया गया जी, जो कैप्टन सरकार कल इन्होंने सानू गिफ्ट दा दे दिता, सानू बहुत पसंद आया यह गिफ्ट। ਤੇ ਬਾਕੀ ਰਹਿੰਦੀ ਕੱਲ ਹੋਲੀ ਵੀ ਆ, ਹੋਲੀ ਵੀ ਅਸੀਂ ਦੇਖਦੇ ਅਸੀਂ ਕਿਹੜੇ ਰੰਗਾਂ ਨਾਲ ਹੋਲੀ ਮਨਾਉਂਦੇ ਆ ਜੀ। ਬਾਕੀ ਅਸੀਂ ਸਾਨੂੰ 3 ਸਾਲ ਹੋ ਗਏ, 3.5 ਸਾਲ ਹੋ ਗਏ ਸੰਘਰਸ਼ ਕਰਦਿਆਂ ਨੂੰ, ਸਰਕਾਰ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਹੈਗੀ। ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਸੀ ਉਦੋਂ ਤਾਂ ਇਹ ਸਾਡੇ ਘਰ ਵਿੱਚ ਘਰਾਂ ਘਰ ਆਉਂਦੇ ਸੀ, ਕਹਿੰਦੇ ਸੀ ਤੁਹਾਨੂੰ ਅਸੀਂ ਰੋਜ਼ਗਾਰ ਦੇਵਾਂਗੇ, ਤੇ ਅੱਜ ਜਦੋਂ ਅਸੀਂ ਰੋਜ਼ਗਾਰ ਦੀ ਮੰਗ ਕਰ ਰਹੇ ਹਾਂ ਤਾਂ ਇਹ ਸਾਨੂੰ ਡਾਂਗਾਂ ਨਾਲ ਸਾਨੂੰ ਸੋਟੀਆਂ ਮਾਰ ਰਹੇ, ਸਾਨੂੰ ਕੁੱਟ ਕੁੱਟ ਕੇ ਭੇਜ ਰਹੇ ਨੇ। ਸਾਡੀ ਜਿਹੜੀ ਮੰਗਾਂ ਨੇ ਬਿਲਕੁਲ ਜਾਇਜ਼ ਮੰਗਾਂ ਨੇ, ਸਾਡੀਆਂ ਮੰਗਾਂ ਨੇ ਸਾਡੇ ਉੱਪਰ ਜਿਹੜੀਆਂ ਕੰਡੀਸ਼ਨਾਂ ਲਾਗੂ ਕਰੀ ਗਈਆਂ ਨੇ ਉਹਨਾਂ ਨੂੰ ਰੱਦ ਕਰਵਾਉਣ ਲਈ ਹੈ। ਅਸੀਂ 12,000 ਪੋਸਟ ਦੀ ਜਿਹੜੀ ਉਹ ਮੰਗ ਕਰ ਰਹੇ ਹਾਂ, 1664 ਪੋਸਟਾਂ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਉਸ ਦੇ ਵਿੱਚ ਸੋਧ ਕਰਕੇ ਪੋਸਟਾਂ ਨੂੰ ਜਿਹੜਾ ਵਧਾਇਆ ਜਾਵੇ। 12,000 ਜਿਹੜੇ ਸਕੂਲਾਂ ਦੇ ਵਿੱਚ ਅਸਾਮੀਆਂ ਖਾਲੀ ਪਈਆਂ ਨੇ, ਇਸ ਲਈ ਅਸੀਂ ਸਰਕਾਰ ਕੋਲ ਮੰਗ ਕਰਦੇ ਹਾਂ ਕਿ ਸਾਡਾ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਨੋਟੀਫਿਕੇਸ਼ਨ ਦੇ ਵਿੱਚ ਸੋਧ ਕਰਕੇ ਵਧਾਇਆ ਜਾਵੇ। ਜਿਹੜਾ ਸੰਘਰਸ਼ ਹੈ ਸਾਡਾ, ਇਹ ਸੰਘਰਸ਼ ਇੱਦਾਂ ਹੀ ਚੱਲੂਗਾ। ਤੇ ਕੱਲ ਦੀ ਘਟਨਾ ਮਹਿਲਾ ਦਿਵਸ ਤੇ ਜਿਸ ਤਰੀਕੇ ਨਾਲ ਪਟਿਆਲੇ ਦੀ ਧਰਤੀ ਦੇ ਉੱਤੇ ਬੀਬੀਆਂ ਦੇ ਵਾਲ ਫੜ ਕੇ ਉਹਨਾਂ ਨੂੰ ਘੜੀਸਿਆ ਗਿਆ, ਉਹ ਵੀ ਜਿਹੜੀ ਆਪਣੀ ਗੱਲ ਕਰਨ ਆਈਆਂ ਸੀਗੀਆਂ ਉਹ ਬੇਹੱਦ ਸ਼ਰਮਸਾਰ ਕਰਦੀ। ਬਿਲਕੁਲ, ਕਿੰਨਾ ਗੰਭੀਰ ਦੇਖਦੇ ਆ ਕਿ ਇੱਕ ਟੀਚਰ ਛਲਾਂਗ ਲਗਾ ਦਿੱਤਾ ਹੈ ਨਹਿਰ ਮੇਂ ਔਰ ਸਰਕਾਰ ਗੰਭੀਰ ਨਹੀਂ ਨਜ਼ਰ। ਦੇਖੀਏ, ਕੱਲ ਮਹਾਰਾਣੀ ਪ੍ਰਨੀਤ ਕੌਰ ਜੀ ਮੋਤੀ ਮਹਿਲ ਚ ਬਹਿ ਕੇ ਹੈਪੀ ਵੂਮੈਨਸ ਡੇ ਦਾ 10 ਵਜੇ ਮੈਸੇਜ ਦਿੰਦੇ ਨੇ ਆਪਦੇ ਫੇਸਬੁੱਕ ਤੇ ਪੇਜਾਂ ਤੇ ਵੀ ਜਿੰਨੀਆਂ ਪੰਜਾਬ ਦੀਆਂ ਧੀਆਂ ਭੈਣਾਂ ਉਹਨਾਂ ਨੂੰ ਨੌਕਰੀਆਂ ਦੇਵਾਂਗੇ, ਉਹਨਾਂ ਨੂੰ ਪਿਆਰ ਦੇਵਾਂਗੇ, ਉਹਨਾਂ ਨੂੰ ਸਤਿਕਾਰ ਦੇਵਾਂਗੇ। 11:30 ਜਿਹੜੀ ਉਹਨਾਂ ਦੇ ਮੋਤੀ ਮਹਿਲ ਦੇ ਬਾਹਰ ਪੀਸਫੁਲ ਪ੍ਰੋਟੈਸਟ ਹੋ ਰਿਹਾ ਸੀ, ਧੀਆਂ ਭੈਣਾਂ ਦੀਆਂ ਗੁੱਤਾਂ ਪੱਟੀਆਂ ਗਈਆਂ, ਚੁੰਨੀਆਂ ਲਾਈਆਂ ਗਈਆਂ, ਔਰ ਪੰਜਾਬ ਪੁਲਿਸ ਦੇ ਪਟਿਆਲੇ ਪੁਲਿਸ ਦੇ ਮੁਲਾਜ਼ਮਾਂ ਨੇ, ਨਾ ਲੇਡੀ ਪੁਲਿਸ ਨੇ ਨਹੀਂ, ਪਟਿਆਲਾ ਪੁਲਿਸ ਦੇ ਮੁਲਾਜ਼ਮਾਂ ਨੇ ਉਹ ਧੀਆਂ ਭੈਣਾਂ ਜਿਹੜੀਆਂ ਉਰੇ ਬੈਠੀਆਂ ਅੱਜ ਉਹਨਾਂ ਨਾਲ ਡਾਂਗਾਂ ਵਰਾਈਆਂ। ਤੇ ਜਿੱਥੇ ਭਾਖੜਾ 'ਚ ਵੀ ਆ ਬੈਠੇ ਨੇ ਮੇਰੇ ਵੀਰ ਗੁਰੀ ਵੀਰ, ਇਹਨਾਂ ਨੇ ਕਿਤੇ ਕੱਲ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚ ਗਏ। ਮੈਂ ਸਮਝਦਾ ਇਹ ਇੱਕ ਬਹੁਤ ਹੀ ਸ਼ਰਮਨਾਕ ਕੈਪਟਨ ਅਮਰਿੰਦਰ ਸਿੰਘ ਲਈ ਬਹੁਤ ਮਾੜੀ ਗੱਲ ਹੈ। ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਸੇ ਟੀਚਰ ਜੋ ਹੈ ਬੱਚੋਂ ਕਾ ਭਵਿਸ਼ ਬਣਾਤੇ ਹੈ, ਤੋ ਆਪ ਨਹਿਰ ਮੇਂ ਛਲਾਂਗ ਲਗਾ ਰਹੇ ਹੈ, ਤੋ ਬੱਚੇ ਕਿਆ ਸਿੱਖੇਂਗੇ ਉਸਸੇ? ਬੱਚੋਂ ਕੀ ਮਾਨਸਿਕਤਾ ਪਰ ਕਿਆ ਅਸਰ ਪੜੇਗਾ ਜੀ? ਇਸ ਕਾ ਤੋ ਅਸਰ ਪੜੇਗਾ, ਲੇਕਿਨ ਹਮ ਤੋ ਮਜਬੂਰ ਹੋ ਚੁੱਕੇ ਹਾਂ ਜੀ। ਜਬ ਹਮਾਰੇ ਪਾਸ ਕੋਈ ਚਾਰਾ ਨਹੀਂ, ਹਮਨੇ ਐਲਾਨ ਵੀ ਕੀਆ ਥਾ ਕਿ ਹਮ ਛਲਾਂਗ ਲਗਾ ਦੇਂਗੇ ਅਗਰ ਹਮਾਰਾ ਆਪਨੇ ਕੋਈ ਹੱਲ ਨਹੀਂ ਨਿਕਾਲਾ ਤੋ, ਲੇਕਿਨ ਕਿਸੀ ਨੇ ਨਹੀਂ ਸੁਣੀ ਹਮਾਰੀ।
हमने मजबूर होकर ऐसा कदम उठाया है, आगे भी हम ऐसा कुछ कर सकते हैं। जो जिस समय पढ़ने का टाइम था वो उन्होंने अपने पढ़ाई में निकाल दिया, तो अब दूसरी लाइन उनके पास बचती नहीं है। अब सरकार की जो है वो बनती कि इनको कहीं ना कहीं एडजस्ट किया जाए, नौकरी दी जाए, ताकि ये बच्चों का, अब आने वाले बच्चों का भविष्य बना सके। ਸਵਾਲ ਇਹ ਆ ਵੀ ਸਿੱਖਿਆ ਮੁੱਢਲੀ ਜ਼ਿੰਮੇਵਾਰੀ ਹੁੰਦੀ ਆ ਸਰਕਾਰ ਦੀ, ਸਕੂਲ ਖਾਲੀ ਪਏ ਨੇ, ਈਟੀਡੀ ਟੈਟ ਪਾਸ ਇੱਥੇ ਬੇਰੁਜ਼ਗਾਰ ਬੈਠੇ ਨੇ, ਕਿਉਂ ਨਹੀਂ ਰੱਖੇ ਜਾ ਰਹੇ? ਸੋ ਮੈਂ ਅੱਜ ਵੀ ਕਹਿਣਾ ਵੀ ਕੇਵਲ ਅਸੀਂ ਸਿਆਸੀ ਤੌਰ ਤੇ ਨਹੀਂ, ਅੱਜ ਪੰਜਾਬ ਦਾ ਹਰ ਉਹ ਮਾਪੇ ਜਿਨ੍ਹਾਂ ਦੇ ਬੱਚੇ ਇਹਨਾਂ ਸਕੂਲਾਂ 'ਚ ਪੜ੍ਹਦੇ ਨੇ, ਤੇ ਸਕੂਲ ਜਿਹੜੇ ਬਿਨਾਂ ਟੀਚਰਾਂ ਤੋਂ ਖਾਲੀ ਪਏ ਨੇ, ਉਹਨਾਂ ਉਹ ਸਾਰੇ ਇਹਨਾਂ ਦੀ ਪਿੱਠ ਤੇ ਖੜੇ ਨੇ। ਜਾਇਜ਼ ਤੇ ਵਾਜਿਬ ਜੀ ਮੰਗ ਆ, ਇਹਨਾਂ ਦੀ ਗੱਲ ਸੁਣਨੀ ਚਾਹੀਦੀ। ਸੁਰੇਸ਼ ਕੁਮਾਰ ਜੀ ਕਿਉਂ ਆਉਣ? ਮੁੱਖ ਮੰਤਰੀ ਸਾਹਿਬ ਕਿਉਂ ਨਹੀਂ ਆਉਂਦੇ? ਜੇ ਅਸੀਂ ਆ ਸਕਦੇ ਹਾਂ, ਸਾਰੇ ਆ ਸਕਦੇ ਹਾਂ, ਤਾਂ ਉਹਨਾਂ ਨੂੰ ਵੀ ਆਉਣਾ ਚਾਹੀਦਾ, ਮੈਂ ਸਮਝਦਾ। ਤੇ ਬੇਰੁਜ਼ਗਾਰ ਅਧਿਆਪਕਾਂ ਤੇ ਜਿੱਥੇ ਲਾਠੀਚਾਰਜ ਹੋਇਆ, ਤੇ ਹੁਣ ਤੁਹਾਨੂੰ ਦੋ ਤਸਵੀਰਾਂ ਦਿਖਾਵਾਂਗੇ, ਅੱਜ ਦੀਆਂ ਤੇ ਕੱਲ੍ਹ ਦੀਆਂ, ਕਿ ਕੱਲ੍ਹ ਕਿਸ ਤਰ੍ਹਾਂ ਦੇ ਨਾਲ ਇਹਨਾਂ ਅਧਿਆਪਕਾਂ ਤੇ ਤਸ਼ੱਦਦ ਢਾਇਆ ਗਿਆ, ਤੇ ਅੱਜ ਵੀ ਇਹਨਾਂ ਅਧਿਆਪਕਾਂ ਦਾ ਧਰਨਾ ਪਟਿਆਲਾ ਦੇ ਵਿੱਚ ਜਾਰੀ ਹੈ। ਪਰ ਜਗ੍ਹਾ ਬਦਲ ਚੁੱਕੀ ਹੈ, ਪਰ ਆਵਾਜ਼ ਉਹੀ ਹੈ ਕਿ ਸਾਨੂੰ ਨੌਕਰੀ ਦਿੱਤੀ ਜਾਵੇ। ਤਸਵੀਰਾਂ ਕੱਲ੍ਹ ਦੀਆਂ ਅਤੇ ਅੱਜ ਦੀਆਂ ਤੁਸੀਂ ਦੇਖ ਸਕਦੇ ਹੋ। ਸੋ ਪ੍ਰਦਰਸ਼ਨ ਕੱਲ੍ਹ ਕੀਤਾ ਗਿਆ, ਪ੍ਰਦਰਸ਼ਨ ਦਾ ਖਮਿਆਜ਼ਾ ਜੋ ਇਹਨਾਂ ਨੂੰ ਭੁਗਤਣਾ ਪਿਆ, ਜੋ ਉਹਨਾਂ ਦੀ ਜ਼ੁਬਾਨੀ ਵੀ ਤੁਹਾਨੂੰ ਸੁਣਾਵਾਂਗੇ। ਲਾਈਵ ਸਾਡੇ ਪੱਤਰਕਾਰ ਤਪਿਨ ਮਲਹੋਤਰਾ ਸਾਡੇ ਨਾਲ ਪਟਿਆਲਾ ਤੋਂ ਜੁੜ ਚੁੱਕੇ ਨੇ। ਤਪਿਨ, ਕਿਸ ਤਰ੍ਹਾਂ ਦੇ ਹਾਲਾਤ ਨੇ ਹੁਣ? ਹਾਲਾਂਕਿ ਪ੍ਰਦਰਸ਼ਨਕਾਰੀਆਂ ਨੇ ਜਗ੍ਹਾ ਬਦਲ ਦਿੱਤੀ ਹੈ, ਪਰ ਆਵਾਜ਼ ਉਹੀ ਲਗਾਈ ਜਾ ਰਹੀ ਹੈ ਸਰਕਾਰ ਤੋਂ, ਗੁਹਾਰ ਲਗਾਈ ਜਾ ਰਹੀ ਹੈ ਕਿ ਨੌਕਰੀਆਂ ਦਿੱਤੀਆਂ ਜਾਣ। ਕੋਈ ਇਹਨਾਂ ਨੂੰ ਭਰੋਸਾ, ਕੋਈ ਸਰਕਾਰ ਦਾ ਨੁਮਾਇੰਦਾ ਹਾਲੇ ਤੱਕ ਕੋਈ ਮਿਲਿਆ ਲਾਠੀਚਾਰਜ ਤੋਂ ਬਾਅਦ ਇਹਨਾਂ ਨੂੰ? ਜੀ ਬਿਲਕੁਲ, ਕਾਫੀ ਤ੍ਰਾਸਦੀ ਦੀ ਗੱਲ ਹੈ ਕਿ ਜਿਹੜੇ ਟੀਚਰਾਂ ਨੇ ਭਵਿੱਖ ਬੱਚਿਆਂ ਦਾ ਬਣਾਉਣਾ ਹੁੰਦਾ, ਉਹ ਇਸ ਵਕਤ ਜਿਹੜੇ ਹੈਗੇ ਨੇ ਲਗਾਤਾਰ ਧੱਕੇ ਖਾਂਦੇ ਪਏ ਨੇ, ਤੇ ਉਹਨਾਂ ਨੇ ਡਾਂਗਾ ਵਰਦੀਆਂ ਨੇ, ਉਹਨਾਂ ਨੂੰ ਨਹਿਰ ਦੇ ਵਿੱਚ ਜਿਹੜਾ ਹੈਗਾ ਛਲਾਂਗ ਮਾਰਨ ਦੀ ਜਿਹੜੀ ਹੈਗੀ ਹੈ ਇੰਨੀ ਨੌਬਤ ਆ ਜਾਂਦੀ ਹੈ, ਤੇ ਲਗਾਤਾਰ ਅਸੀਂ ਵੀ ਗਰਾਊਂਡ ਜ਼ੀਰੋ ਤੇ ਜਿਹੜਾ ਸਾਰਾ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਸ਼ਦਤ ਜਿਹੜੀ ਹੋ ਰਹੀ ਹੈ ਇਹਨਾਂ ਨਾਲ ਜਿਹੜੇ ਅਧਿਆਪਕ ਹੈਗੇ ਨੇ, ਤੇ ਲਗਾਤਾਰ ਰਾਤ ਤੋਂ ਹੀ ਇਹ ਜਿਹੜੇ ਟੀਚਰ ਨੇ ਇਹ ਇੱਥੇ ਰਹੇ ਨੇ, ਰਾਤ ਨੂੰ ਇਸੇ ਜਗ੍ਹਾ ਤੇ ਸੁੱਤੇ ਨੇ, ਇੱਥੇ ਕੋਈ ਟੀਚਰ ਨੇ ਉਹਨਾਂ ਨਾਲ ਹੀ ਗੱਲ ਕਰਦਾ। ਹੁਣ ਤੁਸੀਂ ਕਿੰਨੀ ਦੇਰ ਤੱਕ ਤੁਸੀਂ ਕਿਹਾ ਸੀਗਾ ਕਿ ਕੁਛ ਦੇਰ ਇੰਤਜ਼ਾਰ ਕੀਤਾ ਜਾਊਗਾ, ਹੁਣ ਕਿੰਨੀ ਦੇਰ ਹੋਰ ਇੰਤਜ਼ਾਰ ਕੀਤਾ ਜਾਊਗਾ ਕਿ ਪ੍ਰਸ਼ਾਸਨ ਤੋਂ ਹੁਣੇ ਤੱਕ ਤੁਹਾਨੂੰ ਕੋਈ ਕਾਲ ਆਈ? ਸਰ, ਪ੍ਰਸ਼ਾਸਨ ਵੱਲੋਂ ਤਾਂ ਕੋਈ ਕਾਲ ਨਹੀਂ ਆਈ ਹੈਗੀ, ਬਟ ਹਾਂ ਸਾਡੀ ਜੋ ਸਟੇਟ ਕਮੇਟੀ ਹੈ ਉਹ ਜਿਹੜੇ ਨਹਿਰ ਤੇ ਗਏ ਨੇ ਉਹਨਾਂ ਨਾਲ ਮੀਟਿੰਗ ਚੱਲ ਰਹੀ ਹੈ। ਉਸ ਤੋਂ ਬਾਅਦ ਉਹ ਮੀਟਿੰਗ ਦਾ ਜਿਹੜਾ ਨਤੀਜਾ ਉਹਦੇ ਲਈ ਹੀ ਅਸੀਂ ਬੈਠੇ ਹਾਂ, ਜੋ ਮੀਟਿੰਗ ਦਾ ਹੱਲ ਹੋਊਗਾ ਉਹਦੇ ਅਕੋਰਡਿੰਗ ਸਾਡਾ ਪ੍ਰੋਟੈਸਟ ਦਾ ਜਿਹੜਾ ਨੈਕਸਟ ਸਟੈਪ ਹੋਊਗਾ। ਅਗਲਾ ਕੀ ਸਟੈਪ ਹੋਊਗਾ ਤੁਹਾਡਾ, ਤੁਸੀਂ ਕੀ ਮੰਨਦੇ ਹੋ ਕਿ ਅਗਲੀ ਕੋਈ ਤੁਹਾਡੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਹਜੇ ਤੱਕ ਤੁਹਾਨੂੰ ਕੁਝ ਕਿਹਾ? ਨਹੀਂ ਜੀ, ਉਹਨਾਂ ਦਾ ਹਜੇ ਤੱਕ ਕੋਈ ਫੋਨ ਨਹੀਂ ਆਇਆ। ਅਸੀਂ ਇਹੀ ਉਡੀਕ ਵਿੱਚ ਬੈਠੇ ਹਾਂ ਕਿ ਉਹਨਾਂ ਦਾ ਫੋਨ ਆਏਗਾ, ਅਸੀਂ ਫਿਰ ਉਸ ਹਿਸਾਬ ਨਾਲ ਜੋ ਕਹਿਣਗੇ ਅਸੀਂ ਉਹਨਾਂ ਦੇ। ਨਹੀਂ, ਉਹਨਾਂ ਨੂੰ ਬੁਲਾਇਆ ਹੋਇਆ ਹਜੇ ਪ੍ਰਧਾਨ ਨੂੰ ਕਿਤੇ? ਉਹ ਉੱਥੇ ਜਿਹੜੇ ਨਹਿਰ ਤੇ ਜਿਹੜੇ ਸਾਡੇ ਬੈਠੇ ਹੋਏ ਆ ਟੀਚਰ ਸਰ, ਉਹਨਾਂ ਕੋਲ ਮੀਟਿੰਗ ਕਰਨੀ ਗਏ ਆ ਵੀ ਆਪਾਂ ਹੁਣ ਮਤਲਬ ਕੀ ਸਟੈਪ ਚੱਕਣਾ, ਕਿਵੇਂ ਨਹੀਂ ਕਰਨਾ ਜੀ। ਉਹ ਜੋ ਕਹਿਣਗੇ ਅਸੀਂ ਉਵੇਂ ਚੱਲਾਂਗੇ। ਤੁਹਾਨੂੰ ਲੱਗਦਾ ਕਿ ਬੱਚਿਆਂ ਦੀ ਮਾਨਸਿਕਤਾ ਤੇ ਵੀ ਕਾਫੀ ਅਸਰ ਪੈਂਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਨੇ ਤੁਹਾਨੂੰ ਵੇਖਦੇ ਨੇ, ਕਿਉਂਕਿ ਬੱਚਿਆਂ ਦਾ ਭਵਿੱਖ ਤੁਸੀਂ ਬਣਾਉਂਦੇ ਹੋ, ਜੋ ਟੀਚਰਸ ਕਰਦੇ ਨੇ ਉਹੀ ਅੱਗੋਂ ਬੱਚੇ ਕਰਦੇ ਨੇ, ਤੁਹਾਨੂੰ ਲੱਗਦਾ ਬੱਚਿਆਂ ਦੀ ਮਾਨਸਿਕਤਾ ਤੇ ਕਿੰਨਾ ਅਸਰ ਪੈ? ਹਾਂਜੀ, ਬੱਚਿਆਂ ਦੀ ਮਾਨਸਿਕਤਾ ਤੇ ਫਰਕ ਤਾਂ ਪੈਂਦਾ ਹੀ ਹੈ। ਉਹ ਇਹ ਦੇਖਦੇ ਆ ਵੀ ਹੁਣ ਅਸੀਂ ਦੇਖੋ ਪੜ੍ਹ ਪੜ੍ਹ ਕੇ ਅਸੀਂ
ਬੈਠੇ ਹਾਂ ਬੇਰੁਜ਼ਗਾਰ। ਅੱਗੋਂ ਹੁਣ ਅਸੀਂ ਬੱਚਿਆਂ ਵਾਸਤੇ ਦੇਖੋ ਨਾ, ਅੱਗੇ ਸਰਕਾਰ ਸਾਡੇ ਨਾਲ ਹੀ ਆਹ ਹੱਲ ਕਰ ਰਹੀ ਹੈ, ਅੱਗੇ ਜਾ ਕੇ ਤਾਂ ਹੋਰ ਹੀ ਬਹੁਤ ਮੁਸ਼ਕਲਾਂ ਤੋਂ ਮੁਸ਼ਕਲਾਂ ਆਉਣਗੀਆਂ ਬੱਚਿਆਂ ਵਾਸਤੇ ਜੀ। ਤੁਸੀਂ ਕੀ ਕਹਿਣਾ ਚਾਹੋਗੇ ਇਸ ਮਸਲੇ ਦੇ ਉੱਪਰ ਕਿ ਬੱਚੇ ਟੀਚਰਸ ਨੂੰ ਦੇਖ ਕੇ ਬਹੁਤ ਕੁਝ ਸਿੱਖਦੇ ਨੇ? ਸਰ ਟੀਚਰਸ ਨੂੰ ਦੇਖ ਕੇ ਤਾਂ ਆਈ ਥਿੰਕ ਉਹ ਸਾਨੂੰ ਦੇਖ ਕੇ ਘੱਟ ਸਿੱਖ ਰਹੇ ਨੇ, ਗਵਰਨਮੈਂਟ ਨੂੰ ਦੇਖ ਕੇ ਜ਼ਿਆਦਾ ਸਿੱਖ ਰਹੇ ਨੇ। ਉਹਨਾਂ ਨੂੰ ਪਤਾ ਲੱਗ ਰਿਹਾ ਕਿ ਸਾਡਾ ਜਿਹੜਾ ਫਿਊਚਰ ਉਹ ਕਿਸ ਹੱਦ ਤੱਕ ਖੜਾ, ਕਿਉਂਕਿ ਗਵਰਨਮੈਂਟ ਦੀਆਂ ਪਾਲਿਸੀਜ਼ ਕਰਕੇ ਸਾਡੇ ਨਾਲ ਜੋ ਹੋ ਰਿਹਾ ਉਹ ਗਵਰਨਮੈਂਟ ਦੀਆਂ ਪਾਲਿਸੀਜ਼ ਕਰਕੇ ਹੋ ਰਿਹਾ, ਸਾਡੇ 'ਚ ਕੋਈ ਖਰਾਬੀ ਨਹੀਂ ਆ। ਟੀਚਰ ਉਹਨਾਂ ਨੂੰ ਇਹ ਦੇਖ ਰਿਹਾ ਵੀ ਟੀਚਰਸ ਨੇ ਆਪਣੀ ਸਾਰੀ ਐਲੀਜੀਬਿਲਿਟੀ ਆ ਉਹ ਪ੍ਰੋਪਰ ਕਰੀ ਹੋਈ ਹੈ, ਕਮੀ ਕਿੱਥੇ ਰਹਿ ਰਹੀ ਹੈ ਗਵਰਨਮੈਂਟ ਦੀਆਂ ਪਾਲਿਸੀਜ਼ ਕਰਕੇ। ਇਹ ਦੇਖ ਰਹੇ ਹਾਂ ਕਿ ਸਾਡਾ ਇਹ ਗਵਰਨਮੈਂਟ ਹੈ ਉਹ ਕਿੰਨੀ ਕੁ ਮਾੜੀ ਆ। ਬਿਲਕੁਲ, ਜਦੋਂ ਪਹਿਲੇ ਤੁਸੀਂ ਧਰਨੇ ਲਾ ਰਹੇ, ਸਰਕਾਰ ਆਣੀ ਸੀਗੀ ਮੈਨੀਫੈਸਟੋ ਜਦੋਂ ਬੰਨਾ ਸੀ ਉਸ ਤੋਂ ਪਹਿਲੇ ਉਹ ਤੁਹਾਨੂੰ ਕਿਹਾ ਗਿਆ ਸੀਗਾ ਇਹੀ ਧਰਨਿਆਂ ਦੇ ਵਿੱਚ ਆ ਕੇ ਕੈਪਟਨ ਅਮਰਿੰਦਰ ਸਿੰਘ ਵੀ ਬਹਿੰਦੇ ਸੀਗੇ, ਉਹ ਤੁਹਾਨੂੰ ਵਾਅਦੇ ਕਰਕੇ ਗਏ ਸੀ? ਸਰ ਮੈਂ ਖੁਦ ਇੱਕ ਮੀਟਿੰਗ ਹੋਈ ਸੀਗੀ ਮਹਾਰਾਣੀ ਪਰਨੀਤ ਕੌਰ ਨਾਲ ਉਹਨਾਂ ਦੇ ਮਹਿਲ ਦੇ ਵਿੱਚ, ਉਹਨਾਂ ਨੇ ਸਾਨੂੰ ਚਾਹ ਪਿਲਾਈ, ਸਾਡੀ ਬਹਿ ਕੇ ਸਾਡੀ ਗੱਲ ਸੁਣੀ, ਮੈਂ ਖੁਦ ਉਸ ਮੀਟਿੰਗ ਦੇ ਵਿੱਚ ਸੀ। ਐਂਡ ਉਸ ਤੋਂ ਬਾਅਦ ਹਾਂ ਮੈਮ ਕੋਈ ਨਾ, ਕਹਿੰਦੇ ਤੁਹਾਡੀ ਫਾਈਲ ਅਸੀਂ ਰੱਖ ਲਈ ਹੈ, ਮੈਂ ਹੁਣੇ ਪੀਏ ਨੂੰ ਕਹਿ ਕੇ ਫਾਈਲ ਤੁਹਾਡੀ ਅੱਗੇ ਕਰ ਰਹੀ ਹਾਂ। ਐਂਡ ਉਹ ਫਾਈਲ ਸਾਨੂੰ ਸਮਝ ਨਹੀਂ ਆਉਂਦੀ ਹੈਗੀ, ਜਿਹੜੇ ਪਿਛਲੇ ਅਪ੍ਰੈਲ ਦੀ ਗੱਲ ਆ ਕਿ ਅਪ੍ਰੈਲ ਤੋਂ ਲੈ ਕੇ ਦੁਬਾਰਾ ਅਪ੍ਰੈਲ ਆਉਣ ਵਾਲਾ ਹੈਗਾ, ਸਾਡੀ ਫਾਈਲ ਇੰਨੀ ਕਿੰਨੀ ਕੁ ਅੱਗੇ ਹੋ ਗਈ ਹੈ ਜਿਹੜੀ ਸਾਨੂੰ ਮਿਲੇ ਨਹੀਂ ਰਹੀ ਹੈਗੀ, ਉਹਨਾਂ ਨੂੰ ਖੁਦ ਨੂੰ ਨਹੀਂ ਮਿਲ ਰਹੀ ਹੈਗੀ। ਇੱਕ ਇਹ ਵੀ ਗੱਲ ਕਹੀ ਜਾਂਦੀ ਕਿ ਸਰਕਾਰ ਦੇ ਵਿੱਚ ਭਾਵੇਂ ਇਹਨਾਂ ਦੇ ਵਿਧਾਇਕ ਉਹਨੂੰ ਕਹਿੰਦੇ ਨੇ ਅਫਸਰ ਸਾਈ ਜ਼ਿਆਦਾ ਭਾਰੀ ਹੋ ਗਈ ਹੈ, ਤੁਸੀਂ ਲਗਾਤਾਰ ਕਿੰਨੇ ਸਾਲਾਂ ਤੋਂ ਕ੍ਰਿਸ਼ਨ ਕੁਮਾਰ ਨੂੰ ਜਿਹੜਾ ਕਹਿੰਦੇ ਹੋ ਕਿ ਕ੍ਰਿਸ਼ਨ ਕੁਮਾਰ ਜ਼ਿੰਮੇਦਾਰ ਨੇ, ਉਹ ਸਰਕਾਰ ਨੂੰ ਕਰਨ ਹੀ ਨਹੀਂ ਦਿੰਦੇ, ਫਾਈਲ ਕਿਸੇ ਨਾ ਕਿਸੇ ਕਾਰਨ ਰੁਕ ਜਾਂਦੀ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈਗੀ ਹੈ? ਸਰ ਇਹ ਅਸੀਂ ਤਾਂ ਹਜੇ ਲੱਗਣਾ, ਪਰ ਜਿਹੜੇ ਕਰੰਟ ਸਿਨੈਰੀਓ ਦੇ ਵਿੱਚ ਜਿਹੜੇ ਟੀਚਰਸ ਲੱਗੇ ਹੋਏ ਨੇ, ਉਹਨਾਂ ਨੂੰ ਖੁਦ ਨੂੰ ਪੁੱਛ ਕੇ ਦੇਖੋ ਕਿ ਉਹ ਕਿੰਨੇ ਕੁ ਜ਼ਿਆਦਾ ਅੱਕ ਚੁੱਕੇ ਨੇ ਕ੍ਰਿਸ਼ਨ ਕੁਮਾਰ ਤੋਂ, ਉਹ ਇੰਨੀ ਕੁ ਜ਼ਿਆਦਾ ਤਾਨਾਸ਼ਾਹੀ ਹੋ ਰਹੀ ਹੈ, ਖੁਦ ਟੀਚਰਸ ਆਪਦੇ ਪੈਸਿਆਂ ਨਾਲ ਸਕੂਲ ਬਣਾ ਰਹੇ ਨੇ, ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਸਾਨੂੰ ਨਹੀਂ ਪਤਾ ਇੰਨਾ ਕੁ ਬਜਟ ਹੈ, ਤੁਸੀਂ ਜਿਵੇਂ ਮਰਜ਼ੀ ਕਰੋ, ਮੈਂ ਸਕੂਲ ਚੈੱਕ ਕਰਨ ਆਊਂਗਾ ਤੇ ਤੁਹਾਡਾ ਸਕੂਲ ਪ੍ਰੋਪਰ ਹੋਣਾ ਚਾਹੀਦਾ। ਉਸ ਤੋਂ ਬਾਅਦ ਇੰਨੀਆਂ ਐਕਟੀਵਿਟੀਜ਼, ਇੰਨਾ ਜ਼ਿਆਦਾ ਉਹਨਾਂ ਨੂੰ ਕੰਮ ਦਿੱਤਾ ਜਾ ਰਿਹਾ ਕਿ ਫਿਰ ਉਸ ਪਰ ਰਿਜ਼ਲਟ ਹੈ ਜਿਹੜਾ ਉਹ ਵੀ ਉਹਨੇ ਦੇਖਣਾ। ਇਹ ਸਾਰਾ ਕੁਝ ਸਿਰਫ ਕ੍ਰਿਸ਼ਨ ਕੁਮਾਰ ਦੇ ਉੱਤੇ ਚੱਲ ਰਿਹਾ, ਇੱਦਾਂ ਕਿੱਦਾਂ ਹੋ ਸਕਦਾ ਕਿ ਕੋਈ ਸਿੱਖਿਆ ਮੰਤਰੀ ਕੋਈ ਆਪਣਾ ਆਰਡਰ ਦਿੰਦਾ ਤੇ ਉਹ ਓਬੇ ਨਹੀਂ ਕੀਤਾ ਜਾਂਦਾ? ਅਗਰ ਕ੍ਰਿਸ਼ਨ ਕੁਮਾਰ ਦੀ ਇਹਦੇ ਨਾਲ ਵਿੱਚ ਪੂਰੀ ਮਿਲੀ, ਤੁਹਾਨੂੰ ਲੱਗ ਰਿਹਾ ਕਿ ਸਿੱਖਿਆ ਮੰਤਰੀ ਵੀ ਜਿਹੜਾ ਆਦੇਸ਼ ਦਿੰਦੇ ਨੇ ਉਹ ਵੀ ਨਹੀਂ ਮੰਨਿਆ ਜਾਂਦਾ? ਹਾਂਜੀ ਬਿਲਕੁਲ 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 ਨਹੀਂ ਮੰਨਿਆ ਜਾ ਰਿਹਾ ਜੀ। ਬਿਲਕੁਲ, ਜਿਵੇਂ ਕਿ ਟੀਚਰਸ ਨੇ ਹੁਣ ਇੱਥੇ ਜਿਹੜੇ ਅਕਾਲੀ ਦਲ ਹੈਗਾ, ਅਕਾਲੀ ਦਲ ਵੀ ਜਿਹੜਾ ਬਿਲਕੁਲ ਸਵੇਰ ਤੋਂ ਹੀ ਜਿਹੜਾ ਇਹਨਾਂ ਟੀਚਰਾਂ ਦੇ ਨਾਲ ਡਟਿਆ ਹੋਇਆ। ਇਸ ਵਕਤ ਵਿਧਾਇਕ ਚੰਦੂ ਮਾਜਰਾ ਜੀ ਸਾਡੇ ਨਾਲ, ਚੰਦੂ ਮਾਜਰਾ ਸਾਹਿਬ ਕੀ ਕਹੋਗੇ, ਹਜੇ ਤੱਕ ਕੋਈ ਸੰਦੇਸ਼ ਨਹੀਂ ਆਇਆ ਸਰਕਾਰ ਵੱਲੋਂ? ਦੇਖੋ ਮੈਂ ਸਮਝਦਾ ਸਰਕਾਰ ਤਾਂ ਸੁੱਤੀ ਪਈ ਨਜ਼ਰ ਆ ਰਹੀ ਆ। ਇਹ ਸਰਕਾਰ ਇਹਨਾਂ ਨੂੰ ਐਂ ਸਮਝਦੇ ਵੀ ਪ੍ਰਵਾਸੀ ਨੇ ਜਿਹੜੇ ਇੱਥੇ ਬੈਠੇ ਨੇ, ਬਾਹਰੋਂ ਆਏ ਨੇ ਕੋਈ, ਇੱਥੋਂ ਦੇ ਨੁਮਾਇੰਦਾ ਸਰਕਾਰ ਦਾ ਸੀਐਮ ਸਾਹਿਬ ਦੇ ਮਹਿਲ ਚ ਤਾਂ ਕੋਈ ਨੁਮਾਇੰਦਾ ਆਇਆ ਹੀ ਨਹੀਂ। ਕੋਈ ਸਰਕਾਰ ਦੇ ਇੱਥੇ MLA ਨੇ, ਸਰਕਾਰ ਦੇ ਇੱਥੋਂ ਵਜ਼ੀਰ ਨੇ, ਸਰਕਾਰ ਦੇ ਇੱਥੇ ਆਫੀਸਰਸ ਰਹਿੰਦੇ ਨੇ, ਪਰ ਇੱਥੇ ਦੇਖ ਕੇ ਤਾਂ ਇੱਦਾਂ ਲੱਗਦਾ ਜਿਵੇਂ ਸਰਕਾਰ ਹੈ ਹੀ ਨਹੀਂ। ਪਹਿਲੀ ਗੱਲ ਤਾਂ ਮੁੱਖ ਮੰਤਰੀ ਸਾਹਿਬ ਨੂੰ ਆਪ ਆਉਣਾ ਚਾਹੀਦਾ ਸੀ, ਉਹਨਾਂ ਦੇ ਸ਼ਹਿਰ ਦੇ ਵਿੱਚ ਬੈਠੇ ਨੇ ਇਹ ਲੋਕ, ਇਹਨਾਂ ਦੀ ਗੱਲ ਸੁਣਨੀ ਚਾਹੀਦੀ ਸੀ ਆਕੇ। ਮਾਜਰਾ ਸਾਹਿਬ ਹੋਰ ਗੱਲ, ਜਿਵੇਂ ਅਫਸਰਸ਼ਾਹੀ ਦੀ ਬਹੁਤ, ਭਾਵੇਂ ਵਿਧਾਇਕ ਹੋਣ ਮੰਤਰੀ ਹੋਣ, ਸਾਰੇ ਕਹਿ ਚੁੱਕੇ ਨੇ ਕਿ ਅਫਸਰਸ਼ਾਹੀ ਬਹੁਤ ਭਾਰੀ ਹੈ। ਇੱਥੇ ਵੀ ਜਿਹੜੇ ਟੀਚਰਸ ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਇੱਥੇ ਤਾਂ ਮੰਤਰੀ ਦੀ ਨਹੀਂ ਸੁਣੀ ਜਾਂਦੀ ਕਿ ਕ੍ਰਿਸ਼ਨ ਕੁਮਾਰੀਆਂ, ਇਸ ਤਰ੍ਹਾਂ ਜਿਹੜੇ ਅਫਸਰ ਨੇ ਉਹ ਇੰਨੇ ਭਾਰੀ ਹੋ ਗਏ ਹੋਏ ਨੇ ਸਰਕਾਰ। ਤਪਨ ਜੀ ਜਦੋਂ ਮੁਖੀ ਗਾਇਬ ਰਹੂਗਾ, ਗੈਰ ਹਾਜ਼ਰ ਰਹੂਗਾ, ਤੇ ਫਿਰ ਵਜ਼ੀਰ ਵੀ ਗੈਰ ਹਾਜ਼ਰ ਰਹਿਣਗੇ ਦਫ਼ਤਰਾਂ ਚੋਂ, ਤੇ ਜਦੋਂ ਵਜ਼ੀਰ ਗੈਰ ਹਾਜ਼ਰ ਰਹਿਣਗੇ ਦਫ਼ਤਰਾਂ ਚੋਂ ਤੇ ਫਿਰ ਅਫਸਰਸ਼ਾਹੀ ਉਹ ਚਲਾਊਗੀ। ਕਹਿਣ ਤੋਂ ਭਾਵ ਵੀ ਪ੍ਰਬੰਧਕੀ ਜਿਹੜੀ ਅਕੁਸ਼ਲਤਾ ਉਹਦਾ ਨਮੂਨਾ ਇਹ, ਮੁੱਖ ਮੰਤਰੀ ਸਾਹਿਬ ਨੂੰ ਹਾਜ਼ਰੀ ਦੇਣੀ ਚਾਹੀਦੀ ਆ। ਬੜੇ ਨੁਕਸਾਨ ਪੰਜਾਬ ਦੇ ਹੋ ਰਹੇ ਨੇ, ਜਿੰਨੀ ਦੇਰ ਤੱਕ ਉਹ ਆਪਣੇ ਦਫ਼ਤਰ ਨੂੰ ਟਾਈਮ ਨਹੀਂ ਦਿੰਦੇ, ਬੈਠਦੇ ਨਹੀਂ, ਉਨੀ ਦੇਰ ਤੱਕ ਅਫਸਰਸ਼ਾਹੀ ਦਾ ਇਰਾਦ ਚੱਲੂਗਾ। ਤਾਂ ਹੀ ਇਹ ਕਹਿ ਰਿਹਾ ਵੀ ਹਰ ਪੱਖੋਂ ਇਹ ਸਰਕਾਰ ਆ ਜਿਹੜੀ ਇਹ ਫੇਲ ਹੋਈ ਆ, ਤੇ ਘੱਟੋ ਘੱਟ ਇਹਨਾਂ ਦੀ ਗੱਲ ਤਾਂ ਸੁਣਨੀ ਚਾਹੀਦੀ ਆ ਆ ਕੇ। ਅਸੀਂ ਅੱਜ ਇਹੀ ਐਲਾਨ ਕੀਤਾ ਵੀ ਜੇ ਨਾ ਇਹਨਾਂ 'ਚ ਕੋਈ ਨੁਮਾਇੰਦਿਆਂ ਸਰਕਾਰ ਦਾ ਕੋਈ ਨਾ ਆਇਆ, ਨਾ ਗੱਲ ਸੁਣੀ ਗਈ, ਇਹਨਾਂ ਦਾ ਮਸਲਾ ਨਾ ਹੱਲ ਹੋਇਆ, ਸ਼੍ਰੋਮਣੀ ਅਕਾਲੀ ਦਲ ਦਾ ਸਮੁੱਚਾ ਵਿਧਾਇਕ ਦਲ, ਭਾਵੇਂ ਅਸੀਂ ਗਿਣਤੀ 'ਚ ਥੋੜੇ ਹਾਂ, ਪਰ ਮੈਂ ਸਮਝਦਾ ਮੁੱਦਿਆਂ ਦੇ ਸਾਹਮਣੇ ਗਿਣਤੀ ਕੋਈ ਮਾਇਨੇ ਨਹੀਂ ਰੱਖਦੀ ਹੁੰਦੀ। ਅਸੀਂ ਸਾਰੇ ਆ ਕੇ
ਇੱਥੇ ਬੈਠਾਂਗੇ, ਸਾਡੇ ਸਾਰੇ MLA ਜਿੰਨੇ ਹੈਗੇ ਨੇ ਇੱਥੇ ਆ ਕੇ ਇਹਨਾਂ ਦੇ ਨਾਲ ਬੈਠਾਂਗੇ ਤੇ ਹਾਂ ਦਾ ਨਾਰਾ ਮਾਰਾਂਗੇ, ਸਰਕਾਰ ਨੂੰ ਜਗਾਉਣ ਦਾ ਕੰਮ ਕਰਦੇ ਰਹਾਂਗੇ, ਕਿਉਂਕਿ ਇਹ ਤਾਂ ਬੇਰੋਜ਼ਗਾਰ ਬੈਠੇ ਬੈਠੇ ਨੇ ਆਪਣੀ ਮੰਗ ਲੈ ਕੇ। ਨਹੀਂ ਤੁਸੀਂ ਕਦੋਂ ਬੈਠੋਗੇ ਇਹਨਾਂ ਦੇ ਨਾਲ, ਕਦੋਂ ਤੱਕ ਇੰਤਜ਼ਾਰ ਕੀਤਾ? ਜੇ ਅੱਜ ਨਾ ਇਹਨਾਂ ਦਾ ਮਸਲਾ ਹੱਲ ਹੋਇਆ, ਅਸੀਂ ਅੱਜ ਸ਼ਾਮ ਨੂੰ ਹੀ ਪ੍ਰੋਗਰਾਮ ਜਿਹੜਾ ਹੈਗਾ ਬਣਾ ਲੈਣਾ ਤੇ ਇਹਨਾਂ ਦੇ ਵਿੱਚ ਬੈਠ ਕੇ ਇਹਨਾਂ ਦੇ ਨਾਲ ਹਾਂ ਦਾ ਨਾਰਾ ਮਾਰਾਂਗੇ। ਗੱਲ ਮੈਂ ਜਿਹੜੀ ਤੁਹਾਨੂੰ ਕਹਿਣ ਲੱਗਿਆ ਸੀ ਵੀ ਕੇਵਲ ਇਹੀ ਨਹੀਂ, ਸਿੱਖਿਆ ਨੀਤੀ ਨਹੀਂ ਕੋਈ ਸਰਕਾਰ ਬਣਾ ਪਾ ਰਹੀ ਹੈਗੀ। ਤੁਸੀਂ ਦੇਖੋ ਕਰ ਕੀ ਰਹੀ ਆ, ਸਕੂਲਾਂ 'ਚ ਟੀਚਰ ਨਹੀਂ ਭੇਜ ਰਹੇ, ਟੀਚਰ ਬੇਰੁਜ਼ਗਾਰ ਬੈਠੇ ਨੇ, ਜਿਹੜੀ 20% ਪਾਸਿੰਗ ਲਿਮਿਟ ਆ ਉਹ ਘਟਾਈ ਜਾ ਰਹੇ ਆ, ਵੀ ਬਿਨਾਂ ਸਕੂਲਾਂ ਦੇ ਟੀਚਰ ਨੇ ਬੱਚੇ ਪਾਸ ਕਿਵੇਂ ਕਰਾਂਗੇ, ਪਾਸਿੰਗ ਲਿਮਿਟ ਹੀ ਘਟਾ ਦਿੱਤੀ 20% ਕਰਤੀ। ਕਹਿੰਦੇ ਫਿਰ ਰਿਜ਼ਲਟ ਦੇ ਦਾਅਵੇ ਕਰਦੇ ਨੇ ਵੀ ਰਿਜ਼ਲਟ 80% ਆ ਗਿਆ, ਜਦੋਂ ਤੁਸੀਂ 20% ਕਰ ਦੋਗੇ ਫਿਰ ਤਾਂ 100% ਆ ਜਾਣਾ ਰਿਜ਼ਲਟ, 20% ਨੰਬਰ ਲੈ ਕੇ। ਤਾਂ ਕਹਿਣ ਤੋਂ ਭਾਵ ਵੀ ਜ਼ਿੰਮੇਵਾਰੀ ਹੋਣੀ ਸਰਕਾਰ ਕਿਸੇ ਢੰਗ ਦੇ ਨਾਲ ਨਿਭਾ ਰਹੀ, ਸਰਕਾਰ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਹਾਜ਼ਰੀ ਦੀ ਲੋੜ ਆ। CM ਸਾਹਿਬ ਹਾਜ਼ਰ ਰਹਿਣ, ਘੱਟੋ ਘੱਟ ਆਪ ਉਹਨਾਂ ਦੇ ਸ਼ਹਿਰ 'ਚ ਬੈਠੇ ਇਹਨਾਂ ਦੀ ਗੱਲ ਸੁਣਨ ਆ ਕੇ। ਬਿਲਕੁਲ, ਇੱਥੇ ਸਾਡੇ ਟੀਚਰ ਵੀ ਮੌਜੂਦ ਨੇ, ਤੁਸੀਂ ਕੀ ਕਹੋਗੇ ਹੁਣ ਤੁਹਾਡੀ ਅਗਲੀ ਰਣਨੀਤੀ ਕੀ ਰਹੇਗੀ, ਕਿਉਂਕਿ ਪਹਿਲੇ ਵੀ ਜਿਵੇਂ ਕੈਪਟਨ ਅਮਰਿੰਦਰ ਸਿੰਘ ਜ਼ਰੂਰ ਇਲੈਕਸ਼ਨ ਤੋਂ ਪਹਿਲੇ ਤੁਹਾਡੇ ਕੋਲ ਆ ਕੇ ਬਹਿੰਦੇ ਸੀਗੇ ਕਿ ਇਹ ਸਰਕਾਰ ਬਣ ਜੂਗੀ, ਸਾਰੇ ਪੱਕੇ ਕਰਦੇ ਜਾਣਗੇ, ਜੋ ਵਾਅਦੇ ਨੇ ਉਹ ਪੂਰੇ ਕੀਤੇ ਜਾਣਗੇ, 3 ਸਾਲ ਨੂੰ ਹੁਣ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ? ਮੈਂ ਗੌਰਮੈਂਟ ਟੀਚਰ ਯੂਨੀਅਨ ਸਾਡੀ ਪੰਜਾਬ ਦੀ ਜਥੇਬੰਦੀ, ਉਹਦੇ ਵੱਲੋਂ ਪਰਮਜੀਤ ਸਿੰਘ ਪਟਿਆਲਾ, ਅਸੀਂ ਭਰਾਤਰੀ ਤੌਰ ਦੇ ਉੱਤੇ ਇਹਨਾਂ ਅਧਿਆਪਕਾਂ ਦੇ ਨਾਲ ਬੈਠੇ ਹਾਂਗੇ। ਕੈਪਟਨ ਅਮਰਿੰਦਰ ਸਿੰਘ ਨੇ ਇਲੈਕਸ਼ਨਾਂ ਤੋਂ ਪਹਿਲਾਂ ਜਿੰਨੇ ਵਾਅਦੇ ਕੀਤੇ ਸੀ, ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ, ਨੌਕਰੀ ਦਿੱਤੀ ਹੈਗੀ, ਬੇਅੰਤ ਸਿੰਘ ਦੇ ਪੋਤੇ ਨੂੰ ਨੌਕਰੀ ਦਿੱਤੀ ਹੈਗੀ, ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੀ ਗੱਲ ਕੀਤੀ ਸੀਗੀ, ਬੀਬੀ ਭੱਠਲ ਦਾ 84 ਲੱਖ ਰੁਪਈਏ ਦਾ ਕਰਜ਼ਾ ਮਾਫ਼ ਕਰ ਦਿੱਤਾ ਉਹਨਾਂ ਨੇ। ਉਹਨਾਂ ਨੇ ਪੰਜਾਬ ਦੀ ਆਮ ਜਨਤਾ ਤੋਂ ਕੋਈ ਧੇਲਾ ਨਹੀਂ ਲੈਣਾ ਹੈਗਾ, ਪਰ ਅਸੀਂ ਵੀ ਤਿਆਰ ਹਾਂਗੇ, ਅਸੀਂ ਤਿਆਰ ਹਾਂਗੇ। ਸਰਕਾਰ ਹੁਣ ਜਦੋਂ ਘਰ ਘਰ ਜਾ ਕੇ ਵੋਟਾਂ ਮੰਗੂਗੀ, ਅਸੀਂ ਗਲਤ ਸਾਫਾ ਪਾ ਕੇ ਪੁੱਛਾਂਗੇ ਕਿ ਜਿਹੜੇ ਤੁਸੀਂ ਇਲੈਕਸ਼ਨਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਉਹਨਾਂ 'ਚੋਂ ਪੂਰੇ ਕਿੰਨੇ ਕੀਤੇ ਨੇ। ਆਹ ਜਿਹੜੇ ਲੋਕ ਨੇਗੇ, ਇਹਨਾਂ ਨੇ ਲੱਖਾਂ ਰੁਪਈਆ ਆਪਣੀਆਂ ਪੜ੍ਹਾਈਆਂ ਦੇ ਉੱਪਰ ਖਰਚ ਕਰ ਲਿਆ ਹੈਗਾ, ਇਹਨਾਂ ਨੂੰ ETT ਦਾ ਕੋਰਸ ਕਰਾਤਾ, ਟੈਟ ਪਾਸ ਕਰ ਲਿਆ, ਟੈਟ ਪਾਸ ਕਰਨ ਤੋਂ ਬਾਅਦ ਇਹ ਮੰਗ ਕੀ ਰਹੇ ਨੇਗੇ, ਇਹ ਰੁਜ਼ਗਾਰ ਮੰਗ ਰਹੇ ਵੀ ਜਿੰਨੀ ਸਾਡੀ ਲਿਆਕਤ ਹੈ ਸਾਨੂੰ ਲਿਆਕਤ ਦੇ ਹਿਸਾਬ ਨਾਲ ਰੁਜ਼ਗਾਰ ਦੇ ਦਿਓ, ਇਹ ਹੋਰ ਕੋਈ ਇਹਨਾਂ ਦੇ ਮਹਿਲਾਂ 'ਚੋਂ ਹਿੱਸਾ ਨਹੀਂ ਮੰਗ ਰਹੇ ਹੈਗੇ, ਕੋਈ ਹੋਰ ਸਰਕਾਰ 'ਚੋਂ ਹਿੱਸਾ ਨਹੀਂ ਮੰਗ ਰਹੇ। ਪਰ ਜਦੋਂ ਇਹ ਆਪਣੀਆਂ ਮੰਗਾਂ ਦੇ ਲਈ ਆ ਰਹੇ ਨੇ ਤਾਂ ਸਰਕਾਰ ਗੱਲ ਸੁਣਨ ਦੀ ਬਜਾਏ ਇਹਨਾਂ ਦੇ ਉੱਪਰ ਲਾਠੀਆਂ ਤੇ ਗੋਲੀਆਂ ਭਰਾ ਰਹੀ ਹੈ, ਸ਼ਰਮਨਾਕ ਗੱਲ ਹੈ ਜੀ। ਇੱਕ ਸਟੇਟ ਦਾ ਰਾਜਾ ਇਸ ਕਦਰ ਸੁੱਤਾ ਪਿਆ ਹੋਵੇ ਕਿ ਉਹ ਹੱਕ ਮੰਗਦੇ ਲੋਕ ਉਹਨਾਂ ਨੂੰ ਮੀਟਿੰਗ ਦਾ ਸਮਾਂ, ਇੱਕ ਸਿਆਸਤ ਵੀ ਹੁਣ ਹੋ ਰਹੀ ਹੈ ਕਾਫੀ, ਤੇ ਜਦੋਂ ਪਹਿਲੇ ਸਰਕਾਰ ਦੂਸਰੀ ਸੀ ਉਦੋਂ ਕੈਪਟਨ ਅਮਰਿੰਦਰ ਸਿੰਘ ਬਾਕੀ ਬਹਿੰਦੇ ਸੀ, ਹੁਣ ਦੂਸਰੀ ਪਾਰਟੀਆਂ ਆ ਕੇ ਬਹਿ ਰਹੀਆਂ, ਤੁਸੀਂ ਸਿਆਸਤ ਦੇ ਉੱਪਰ ਕਿੰਨਾ ਭਰੋਸਾ ਕਰ ਰਹੇ ਹੋ? ਕਿਉਂਕਿ ਪਹਿਲੇ ਸਿਆਸਤ 'ਚ ਨਹੀਂ ਸੀ ਕੈਪਟਨ, ਇੱਦਾਂ ਹੀ ਬਹਿੰਦੇ ਸੀ ਤੁਹਾਡੇ ਕੋਲ, ਹੁਣ ਦੂਸਰੀ ਵੀ ਪਾਰਟੀਆਂ ਆ ਰਹੀਆਂ ਨੇ, ਇਹਦੇ ਵਿੱਚ ਟੀਚਰ ਸਿਆਸਤ ਨੂੰ ਕਿੱਦਾਂ ਲੈ? ਟੀਚਰ ਦੇਖੋ, ਸਾਡਾ ਕਿਸੇ ਵੀ ਪਾਰਟੀ ਦੇ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ। ਜੇਕਰ ਕੋਈ ਸਾਡੀ ਹਮਾਇਤ ਦੇ ਉੱਪਰ ਆਉਂਦਾ ਹੈਗਾ, ਅਸੀਂ ਉਹਨੂੰ ਜੀ ਆਇਆਂ ਆਖਦੇ ਹਾਂ। ਅਸੀਂ ਇਹ ਗੱਲ ਕਰਦੇ ਹਾਂ ਕਿ ਜਿਹੜੇ ਲੋਕ ਸਾਡੇ ਕੋਲ ਇੱਥੇ ਆਉਂਦੇ ਨੇ ਉਹ ਵਿਧਾਨ ਸਭਾ ਦੇ ਵਿੱਚ ਵੀ ਸਾਡੀ ਮੰਗ ਰੱਖਣ, ਉੱਥੇ ਵਿਧਾਨ ਸਭਾ ਦੇ ਵਿੱਚ ਉੱਥੇ ਖੜੇ ਹੋ ਕੇ ਇਹਨਾਂ ਦੇ ਗੱਲ ਦੇ ਅੰਗੂਠਾ ਕਿਉਂ ਨਹੀਂ ਦਿੰਦੇ ਹੈਗੇ ਉਹ, ਕਿ ਮੁਲਾਜ਼ਮ ਜਿਹੜੇ ਹੈਗੇ ਨੇ ਉਹ ਸੜਕਾਂ ਤੇ ਰੁਲ ਰਹੇ ਨੇ, ਬੇਰੁਜ਼ਗਾਰ ਸੜਕਾਂ ਤੇ ਰੁਲ ਰਹੇ ਨੇਗੇ, ਇਹਨਾਂ ਨੂੰ ਚਾਹੀਦਾ ਹੈਗਾ ਸਾਰੀਆਂ ਪਾਰਟੀਆਂ ਨੂੰ ਕਿ ਉਹ ਵਿਧਾਨ ਸਭਾ ਦੇ ਵਿੱਚ ਵੀ ਸਾਡਾ ਉੱਥੇ ਮੁੱਦਾ ਜ਼ੋਰ ਸ਼ੋਰ ਦੇ ਨਾਲ ਚੱਕੋ। ਇਹਨੇ ਗੱਲ ਕੀਤੀ ਕਿ ਵਿਧਾਨ ਸਭਾ ਦੇ ਵਿੱਚ ਕਿਉਂ ਨਹੀਂ ਸਾਡਾ ਮੁੱਦਾ ਚੱਕਿਆ ਜਾਂਦਾ, ਕਿ ਸਰਕਾਰ ਦੇ ਅੰਗੂਠਾ ਗੱਲ ਦੇ ਵਿੱਚ ਕਿਉਂ ਨਹੀਂ ਦਿੱਤਾ ਜਾਂਦਾ? ਤਪਨ ਜੀ, ਤੁਸੀਂ ਵੀ ਉੱਥੇ ਸੀ ਵਿਧਾਨ ਸਭਾ ਦਾ ਸਾਰਾ ਸੈਸ਼ਨ ਤੁਸੀਂ ਦੇਖਿਆ, ਮੇਰੇ ਖਿਆਲ ਵਿੱਚ ਹਰ ਦੂਜੇ ਦਿਨ ਇਹ ਬੇਰੁਜ਼ਗਾਰ ਟੀਚਰਾਂ ਦਾ ਜਿੱਥੇ ਮਸਲਾ ਚੱਕਿਆ ਜਾਂਦਾ ਸੀ ਉੱਥੇ ਖਾਲੀ ਪਏ ਸਕੂਲਾਂ ਦੀ ਗੱਲ ਵੀ ਹੁੰਦੀ ਸੀ, ਉੱਥੇ CM ਸਾਹਿਬ ਤੇ ਤਨਜ ਤਕਰੀਬਨ ਹਰ ਵਿਧਾਇਕ ਨਹੀਂ, ਉਹਨਾਂ ਦੀ ਆਪਣੀ ਪਾਰਟੀ ਦੇ ਵਿਧਾਇਕਾਂ ਨੇ ਵੀ ਕਸੇ ਵੀ 5500 ਸਮਾਰਟ ਸਕੂਲ ਕਿੱਥੇ ਆ। ਸੋ ਅੱਜ ਮੈਂ ਕਹਿ ਸਕਦਾ ਵੀ ਦੇਖੋ, ਮਹਾਰਾਜਾ ਸਾਹਿਬ ਕੈਪਟਨ ਸਾਹਿਬ ਮਹਾਰਾਜਾ ਨਹੀਂ, ਉਹ ਮੁੱਖ ਮੰਤਰੀ ਨੇ, ਚੁਣੀ ਹੋਈ ਸਰਕਾਰ ਆ, ਇਹ ਇਹਨਾਂ ਨੇ ਬਣਾਈ ਆ ਸਰਕਾਰ। ਇਹ ਹੁਣ ਮਾਂ ਦੀ ਕੁੱਖ ਚੋਂ ਰਾਜੇ ਨਹੀਂ ਜੰਮਦੇ, ਹੁਣ ਮਸ਼ੀਨਾਂ ਦੇ ਵਿੱਚੋਂ ਵੋਟਾਂ ਦੇ ਰਾਹੀਂ ਰਾਜੇ ਬਣਦੇ ਨੇ। ਸੋ ਇਹਨਾਂ ਦੀ ਗੱਲ ਸੁਣਨ,
ਜੋ ਇਹਨਾਂ ਦੀ ਡਿਮਾਂਡਸ ਨੇ ਉਹ ਸੁਣਨ, ਤਸੱਲੀ ਦੇਣ, ਧਰਵਾਸ ਦੇਣ, ਅੱਗੇ ਦੱਸਣ ਵੀ ਕਦੋਂ ਤੱਕ ਹੱਲ ਹੋ ਸਕਦੀ ਆ। ਰੀਜ਼ਨ ਤਾਂ ਦੱਸਣ ਨਾ ਕੋਈ, ਹੁਣ ਤੱਕ ਤਾਂ ਇਹ ਨਹੀਂ ਪਤਾ ਲੱਗ ਰਿਹਾ ਵੀ ਰੀਜ਼ਨ ਕੀ ਆ, ਵੀ ਖਾਲੀ ਸਕੂਲਾਂ 'ਚ ਬੇਰੁਜ਼ਗਾਰ ਅਧਿਆਪਕਾਂ ਨੂੰ ਰੱਖਿਆ ਕਿਉਂ ਨਹੀਂ ਜਾ ਰਿਹਾ ਹੈਗਾ। ਤੇ ਇੱਕ ਬੱਚੇ ਜਿਵੇਂ ਹੁਣ ਇਹ ਹੈਗੇ ਨੇ ਯੂਥ ਹੀ ਹੈਗੇ ਸਾਡੇ ਪੰਜਾਬ ਦਾ, ਕਿ ਇਹਨਾਂ ਨੇ ਵੀ ਅੱਗੋਂ ਜਿਹੜਾ ਯੂਥ ਤਿਆਰ ਕਰਨਾ ਹੈਗਾ ਆਪਣੇ ਹੱਥੀ, ਤੇ ਉਹਦੇ ਵਿੱਚ ਤੁਸੀਂ ਕਿੱਦਾਂ ਦੇਖੋ ਬੱਚੇ ਹੁਣ ਛਾਲਾਂ ਮਾਰੇ ਨਹਿਰ 'ਚ, ਸਰਕਾਰ ਦੀ ਕਿੰਨੀ ਕੁ ਗੰਭੀਰਤਾ ਇਹਦੇ 'ਚ ਨਜ਼ਰ ਆ ਰਹੀ ਹੈ? ਦੇਖੋ, ਆਪਣੇ ਕਿਸੇ ਦੁਸ਼ਮਣ ਦੇ ਘਰੇ ਵੀ ਕੋਈ ਹਾਦਸਾ ਵਾਪਰ ਜਾਵੇ, ਕੋਈ ਐਕਸੀਡੈਂਟ ਹੋ ਜਾਵੇ, ਆਪਾਂ ਖਬਰ ਲੈਣ ਜਾਂਦੇ ਹਾਂ, ਤੇ ਇੱਥੇ ਤਾਂ ਇਹ ਨੌਜਵਾਨ ਨੇ ਜਿਹੜੇ ਨਹਿਰਾਂ ਦੇ ਵਿੱਚ ਡਿੱਗੇ, ਘੱਟੋ ਘੱਟ ਕੋਈ MLA ਹੀ ਇਹਨਾਂ ਦਾ, ਕੋਈ ਮੰਤਰੀ ਇਹਨਾਂ ਦਾ ਆ ਕੇ ਪੁੱਛਦਾ ਤਾਂ ਸਹੀ ਵੀ ਬੇਟਾ ਠੀਕ ਹੋ, ਕੋਈ ਕਿਵੇਂ ਦੀ ਉਹਦੀ ਸਿਹਤ ਕਿਵੇਂ ਆ, ਸਿਹਤ ਮਜਾਜੀ ਕੋਈ ਪੁੱਛਣ ਤਾਂ ਹੁੰਦਾ, ਪੁੱਛਿਆ ਵੀ ਨਹੀਂ ਗਿਆ ਹੈਗਾ। ਮੈਂ ਸਮਝਦਾ ਫਿਰ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ ਵੀ ਅਸੀਂ ਤੁਹਾਡੇ ਤੇ ਪਰਚੇ ਦਰਜ ਕਰਾਂਗੇ ਇਹਨਾਂ ਦੀ ਮਦਦ ਲਈ, ਜੇ ਕੋਈ ਕੁਛ ਭੇਜਦਾ ਤਾਂ ਉਹਨਾਂ ਨੂੰ ਡਰਾਇਆ ਜਾ ਰਿਹਾ। ਮੈਂ ਸਮਝਦਾ ਬੇਹੱਦ ਮੰਦਭਾਗਾ, ਤੇ ਉਹ ਸਿੱਖਿਆ ਦੇ ਜਿਵੇਂ ਸਿਹਤ ਵਾਲੇ ਬੈਠੇ ਆ ਇੱਥੇ, ਸਿਹਤ ਨੂੰ ਪ੍ਰਾਈਵੇਟ ਕਰਨ ਲੱਗੀ ਹੈ ਸਰਕਾਰ, ਏਦਾਂ ਹੀ ਸਿੱਖਿਆ ਦੇ ਖੇਤਰ ਨੂੰ ਪ੍ਰਾਈਵੇਟ। 2002 ਤੋਂ 7 ਵਿੱਚ ਵੀ ਇਹੀ ਨੀਤੀ ਸੀ ਕੈਪਟਨ ਸਾਹਿਬ ਦੀ, ਤੇ ਹੁਣ ਉਹੀ ਫੇਰ ਦੁਹਰਾ ਰਹੇ ਆ ਇਹ, ਪ੍ਰਾਈਵੇਟ ਸੈਕਟਰ ਵੱਲ ਧੱਕ ਰਹੇ ਆ। ਬਿਲਕੁਲ, ਤੇ ਇਹ ਸੀਗਾ ਵਿਧਾਇਕ ਚੰਦੂ ਮਾਜਰਾ, ਜਿਨ੍ਹਾਂ ਨੇ ਵੱਡਾ ਐਲਾਨ ਕੀਤਾ ਕਿ ਜੇ ਦੇਰ ਸ਼ਾਮ ਤੱਕ ਜੇ ਨਹੀਂ ਇਹਨਾਂ ਦੀ ਕੋਈ ਸੁਣਵਾਈ ਹੁੰਦੀ ਤਾਂ ਫਿਰ ਜਿਹੜਾ ਅਕਾਲੀ ਦਲ ਦਾ ਵਿਧਾਇਕ ਦਲ ਹੈ ਜਿਹੜਾ, ਉਹ ਸਾਰਾ ਇਹਨਾਂ ਦੇ ਨਾਲ ਬੈਠੇਗਾ। ਤੇ ਫਿਲਹਾਲ ਜਿਹੜੇ ਹੋਰ ਵੀ ਟੀਚਰਾਂ ਦੀਆਂ ਜਿਹੜੀਆਂ ਯੂਨੀਅਨ ਆਈਆਂ ਹੋਈਆਂ ਨੇ, ਉਹਨਾਂ ਨੂੰ ਵੀ ਸਾਫ਼ ਕਰਤਾ ਕਿ ਜਿਹੜੇ ਉਹਨਾਂ ਦੇ ਛੋਟਾ ਭਰਾ ਜਿਨ੍ਹਾਂ ਨੂੰ ਕਹਿ ਰਹੇ ਟੈਡ ਦੇ ਜਿਹੜੇ ਕੱਚੇ ਇਹ ਟੀਚਰਸ ਨੇ, ਕਿ ਇਹਨਾਂ ਨੂੰ ਵੀ ਜਿਹੜਾ ਨਾਲ ਖੜਿਆ ਜਾਏਗਾ ਇਹਨਾਂ ਦੇ। ਜੀ ਜੀ।